ਸਾਰੀਆਂ ਹੀ ਸੰਗਤਾਂ ਜਿਹੜੀਆਂ ਇਸ ਵੇਲੇ ਸਾਡੇ ਨਾਲ ਜੁੜੀਆਂ ਨੇ ਜਾਂ ਜਿਹੜੀਆਂ ਸੰਗਤਾਂ ਸਾਡੇ ਪ੍ਰੋਗਰਾਮ ਨੂੰ ਬਾਅਦ ਦੇ ਵਿੱਚ ਵੀ ਦੇਖਣ ਗਈਆਂ ਸੋ ਉਹਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਔਰ ਸਾਰਿਆਂ ਨੂੰ ਪਹਿਲਾਂ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਗੱਲ ਕਰਾਂਗੇ ਵੈਸੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੋ ਕਿ ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ ਕਿਸਾਨ ਸੰਘਰਸ਼ ਜਿਹੜਾ ਹੈ ਉਹ ਬੜੇ ਲੰਮੇ ਸਮੇਂ ਤੋਂ ਖਾਸ ਕਰਕੇ ਆਪਾਂ ਕਹਿ ਲਈਏ ਤੇ ਸਤੰਬਰ ਤੋਂ ਕਿਸਾਨਾਂ ਦਾ ਸੰਘਰਸ਼ ਜਿਹੜਾ ਚੱਲ ਰਿਹਾ ਜੋ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਬੰਦ ਦੇ ਸਦਿ ਟ੍ਰੇਨਾਂ ਦੀ ਜਿਹੜੀਆਂ ਉਹ ਰੇਲਾਂ ਰੋਕੂ ਪ੍ਰੋਗਰਾਮ ਦਿੱਤੇ ਗਏ ਕਿਸਾਨ ਜਥੇਬੰਦੀਆਂ ਵੱਲੋਂ ਫਿਰ ਜਿਹੜਾ ਸੀ ਦਿੱਲੀ ਦਾ ਜਿਹੜਾ ਦਿੱਲੀ ਚਲੋ ਦਾ ਨਾਰਾ ਦਿੱਤਾ ਗਿਆ ਔਰ ਦਿੱਲੀ ਦੇ ਵਿੱਚ 25 26 ਨਵੰਬਰ ਤੋਂ ਲੈ ਕੇ ਤੇ ਅੱਜ 5 ਜਨਵਰੀ ਤੱਕ ਜਿਹੜਾ ਹੈ ਸੌਰੀ ਅੱਜ 4 ਜਨਵਰੀ ਤੱਕ ਜਿਹੜਾ ਹੈ ਉਹ ਪ੍ਰੋਗਰਾਮ ਉੱਥੇ ਚੱਲ ਰਿਹਾ ਹੈ ਅੱਜ ਕੇਂਦਰ ਦੀ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਸੱਦੇ ਪੱਤਰ ਕੀ ਕਿਸਾਨਾਂ ਵੱਲੋਂ ਗੱਲਬਾਤਾਂ ਕੀਤੀਆਂ ਗਈਆਂ ਇਹਦੇ ਬਾਰੇ ਥੋੜੀ ਜੀ ਵਿਚਾਰ ਕਰਾਂਗੇ ਤੇ ਨਾਲ ਪੰਜਾਬ ਦੀ ਰਾਜਨੀਤੀ 'ਚ ਜਿਹੜੀ ਹਲਚਲ ਹੋਈ ਆ ਉਹਦੇ ਬਾਰੇ ਥੋੜੀ ਜੀ ਵਿਚਾਰ ਆਪਨਾ ਸਾਂਝੀ ਕਰਾਂਗੇ ਜਿੰਨੇ ਵੀ ਸੱਜਣ ਭੈਣ ਭਰਾ ਆਪਣੇ ਨਾਲ ਜੁੜਦੇ ਜਾਣ ਉਹਨਾਂ ਨੂੰ ਬੇਨਤੀ ਆ ਵੀ ਸ਼ੇਅਰ ਕਰਨ ਦਾ ਯਤਨ ਜ਼ਰੂਰ ਕਰਿਓ ਥੋੜਾ ਜਿਹਾ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਸਾਡੀ ਗੱਲਬਾਤ ਹੈ ਉਹ ਸਰਕਾਰਾਂ ਤੱਕ ਲੋਕਾਂ ਤੱਕ ਜਿਹੜੀ ਉਹ ਪਹੁੰਚ ਸਕੇ ਸੋ ਆਪਾਂ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਦੇ ਰਾਹੀਂ ਅਸਾਰੂ ਸੋਚ ਨੂੰ ਉਜਾਗਰ ਕਰ ਸਕੀਏ ਔਰ ਆਪਣੇ ਭੈਣ ਭਰਾਵਾਂ ਦਾ ਜਿਹੜਾ ਸਾਥ ਹੈ ਉਹ ਦੇ ਸਕੀਏ ਸੋ ਜਿੱਥੇ ਆਪਾਂ ਨੂੰ ਪਤਾ ਕਿ 31 ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸੰਘਰਸ਼ ਕਰ ਰਹੀਆਂ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਗਿਣਤੀ 31 ਆ ਜਿਨ੍ਹਾਂ ਨੇ ਦਿੱਲੀ ਚਲੋ ਦਾ ਪ੍ਰੋਗਰਾਮ ਦਿੱਤਾ ਔਰ ਉੱਥੇ ਲੰਮਾ ਸੰਘਰਸ਼ ਚੱਲ ਰਿਹਾ ਔਰ ਬੜੀ ਭਾਰੀ ਮੀਂਹ ਰੀ ਦੇ ਕਾਰਨ ਵੀ ਲੋਕ ਉਥੇ ਜਿਹੜੇ ਡਟੇ ਹੋਏ ਨੇ ਨਾਲ ਹੀ ਉਥੇ ਜੁਪੀ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਖੰਡੇੜਨ ਦਾ ਕੰਮ ਕੀਤਾ ਗਿਆ ਬਾਰਡਰ ਦੇ ਉੱਪਰ ਜਿਹੜੇ ਅਥਰੂ ਗੈਸ ਦੇ ਗੋਲੇ ਮਾਰੇ ਗਏ ਔਰ ਉਹ ਵੀ ਐਕਸਪਾਇਰੀ ਡੇਟ ਵਾਲੇ ਗੋਲੇ ਜਿਹੜੇ ਚਲਾਏ ਗਏ ਜਿਨ੍ਹਾਂ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਅੱਖਾਂ ਦੇ ਵਿੱਚ ਪ੍ਰੋਬਲਮ ਸਾਹ ਲੈਣ ਦੇ ਵਿੱਚ ਤੰਗੀ ਆ ਰਹੀ ਹੈ ਔਰ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇਸ ਕਰਕੇ ਜੁਪੀ ਸਰਕਾਰ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਇਦਾਂ ਦੇ ਜਿਹੜੇ ਆ ਉਹ ਇੱਕ ਸ਼ਾਂਤਮਈ ਅੰਦੋਲਨ ਦੇ ਉੱਪਰ ਇਦਾਂ ਦਾ ਜਿਹੜਾ ਗੋਲੇ ਚਲਾਉਣੇ ਜਾਂ लाठी चार्ज ਕਰਨਾ ਔਰ ਇਹ ਇੱਕ ਕਾਲੇ ਗੋਰੀਆਂ ਦਾ ਰਾਜ ਹੈ ਜਿਹੜਾ ਕਿਤੇ ਗੋਲਿਆਂ ਦਾ ਰਾਜ ਹੁੰਦਾ ਸੀ ਜਦੋਂ ਜਿਲ੍ਹਿਆਂ ਵਾਲੇ ਬਾਗ ਦਾ ਛਾਕਾ ਵਾਪਰਿਆ ਗੁਰੂ ਕੇ ਬਾਗ ਦਾ ਛਾਕਾ ਵਾਪਰਿਆ ਔਰ ਇਹ ਆਜ਼ਾਦ ਭਾਰਤ ਵਿੱਚ ਕਾਲੇ ਗੋਰੀਆਂ ਵੱਲੋਂ ਇਹ ਅੱਜ ਛਾਕੇ ਵਰਤਾਏ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਔਰ ਦੇਸ਼ ਦੇ ਵਾਸੀਆਂ ਦੇ ਉੱਪਰ ਔਰ ਵੱਡੀ ਗਿਣਤੀ 'ਚ ਕਿਸਾਨ ਜਿੱਥੇ ਹਾਜ਼ਰ ਹੋਏ ਨੇ ਸੋ ਅੱਜ ਪਹਿਲਾਂ ਆਪਾਂ ਗੱਲ ਕਰੀਏ ਵੱਖ-ਵੱਖ ਸਮਿਆਂ ਦੇ ਉੱਤੇ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗਾਂ ਰੱਖੀਆਂ ਮੀਟਿੰਗਾਂ 'ਚ ਗੱਲਬਾਤ ਕਰਦੇ ਰਹੇ ਪਰ ਸਰਕਾਰ ਟਾਸ ਤੋਂ ਮਾਸੂਮ ਦੀ ਨਜ ਨਹੀਂ ਆ ਅੱਜ 4 ਜਨਵਰੀ ਦੀ ਮੀਟਿੰਗ ਵੀ ਜਿਹੜੀ ਆ ਉਹ ਵੀ ਬੇਸਿਟਾਂ ਰਹੀ ਜਿਸ ਦੇ ਵਿੱਚ ਕਿਸਾਨ ਉੱਥੇ ਗਏ ਔਰ ਕਿਸਾਨਾਂ ਨੇ ਪਹਿਲਾਂ ਤਕਰੀਬਨ 60 ਦੇ ਕਰੀਬ ਜਿਹੜੇ ਕਿਸਾਨ ਬਜ਼ੁਰਗ ਮਤਾਵਾ ਨੌਜਵਾਨ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਏ ਨੇ ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਅਸੀਂ ਮੋਨ ਵਰਤ ਧਾਰ ਕੇ ਸ਼ਰਧਾਂਜਲੀ ਦਿੱਤੀ ਜਿਦੇ ਵਿੱਚ ਸ਼ਰਮ ਦੇ ਮਾਰਿਆਂ ਭਾਰਤ ਸਰਕਾਰ ਦੇ ਮੰਤਰੀਆਂ ਨੂੰ ਵੀ ਉੱਠ ਕੇ ਸ਼ਾਮਲ ਹੋਣਾ ਪਿਆ ਔਰ ਇਸ ਗੱਲ ਤੇ ਮੋਹਰ ਲੱਗਦੀ ਆ ਕਿ ਉਹ ਮੰਤਰੀ ਜਾਂ ਭਾਰਤ ਸਰਕਾਰ ਇਹਨਾਂ ਕੁਰਬਾਨੀ ਦੇਣ ਵਾਲੇ ਸੱਜਣਾ ਬਜ਼ੁਰਗਾਂ ਨੂੰ ਸ਼ਹੀਦ ਮੰਨਦੇ ਨੇ ਸੋ ਉਸ ਤੋਂ ਬਾਅਦ ਜਿਹੜੀ ਹੈ ਜਿਹੜੀ ਸਰਕਾਰ ਦੇ ਨਾਲ ਮੀਟਿੰਗ 'ਚ ਗੱਲਬਾਤ ਹੁੰਦੀ ਸਰਕਾਰ ਕਹਿੰਦੀ ਐਮਐਸਪੀ ਤੇ ਗੱਲਬਾਤ ਕਰ ਲੋ ਭੀ ਐਮਐਸਪੀ ਤੇ ਕਿਸਾਨ ਕਹਿੰਦੇ ਨਹੀਂ ਐਮਐਸਪੀ ਕਾਨੂੰਨ ਬਣੇ ਇਹ ਤੇ ਅਸੀਂ ਬਾਅਦ ਚਾਹਾਂਗੇ ਪਹਿਲਾਂ ਜਿਹੜੇ ਕਾਨੂੰਨ ਆ ਖੇਤੀ ਕਾਨੂੰਨ ਬਣਾਏ ਆ ਤੁਸੀਂ ਇਹ ਰੱਦ ਕੀਤੇ ਜਾਣ ਉਹ ਕਹਿੰਦੇ ਵੀ ਰੱਦ ਨਾਲੋਂ ਜੇ ਇਹਦੇ ਵਿੱਚ ਕੋਈ ਹੇਰ ਬਦਲ ਹੋ ਸਕੇ ਕੋਈ ਇਹ ਇੱਧਰ ਉੱਧਰ ਕੀਤਾ ਸਰ ਸਕੇ ਉਹਦੇ ਬਾਰੇ ਦੱਸ ਦਿਓ ਕਿਸਾਨਾਂ ਨੇ ਦੋ ਟੁਕ ਜਵਾਬ ਦਿੱਤਾ ਵੀ ਬਿਲਕੁਲ ਨਹੀਂ ਜੇ ਕਸੂਨ ਕਾਨੂੰਨ ਰੱਦ ਹੋਣਗੇ ਠੀਕ ਹੈ ਨਹੀਂ ਤੇ ਸਾਡਾ ਸੰਘਰਸ਼ ਇਦਾਂ ਹੀ ਚੱਲਦਾ ਰਹੇਗਾ ਉਥੇ ਸਰਕਾਰ ਦਾ ਰਵਈਆ ਵੀ ਅੱਜ ਥੋੜਾ ਅੜੀਆ ਲਰਿਆ ਕੋਈ ਨਰਮ ਰਵਈਆ ਨਹੀਂ ਨਾ ਰਿਹਾ ਤੇ ਕਿਸਾਨਾਂ ਨੇ ਵੀ ਉਸੇ ਲਹਾਜੇ ਦੇ ਵਿੱਚ ਜਿਹੜੇ ਜਵਾਬ ਦਿੱਤੇ ਔਰ ਸਰਕਾਰ ਇਹ ਵੀ ਕਹਿੰਦੀ ਨਜ਼ਰ ਆਈ ਵੀ ਤੁਸੀਂ ਜਿਹੜੇ ਪ੍ਰੋਗਰਾਮ ਦਿੱਤੇ ਆ 6 ਜਨਵਰੀ ਦਾ ਜਾਂ 26 ਜਨਵਰੀ ਦਾ ਉਹ ਜਿਹੜੇ ਰੱਦ ਕੀਤੇ ਜਾਂ ਮੁਤਲਵੀ ਕੀਤੇ ਜਾਣ ਕਿਸਾਨਾਂ ਨੇ ਕਿਹਾ ਨਹੀਂ ਸਾਡੇ ਪ੍ਰੋਗਰਾਮ ਜਿਉਂ ਦੇ ਤਿਉਂ ਹੀ ਰਹਿਣਗੇ ਜਿੰਨਾ ਚਿਰ ਇਹ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਹੁੰਦੇ ਇਹਦਾ ਮਤਲਬ ਇਹ ਆ ਕਿ ਜੇ 26 ਜਨਵਰੀ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਤੇ ਐਰਕਾਂ ਲਾਲ ਕਿਲੇ ਦੇ ਵਿੱਚ ਜਿਹੜੀਆਂ ਝਾਕੀਆਂ ਜਾਂ ਪਰੇਟ ਹੁੰਦੀ ਆ ਉਹ ਐਰਕਾਂ ਦੇਸ਼ ਦੇ ਕਿਸਾਨ ਕਰਨਗੇ ਔਰ ਮੈਂ ਕਹਿੰਦਾ ਹੱਕ ਵੀ ਇਹਨਾਂ ਦਾ ਬਣਦਾ ਇਹ ਸਰਕਾਰਾਂ ਨੂੰ ਬਣਾ ਕੇ ਉੱਥੇ ਭੇਜਦੀਆਂ ਨੇ ਤੇ ਉਹ ਨਮਾਇੰਦਗੀ ਮੁੜ ਕੇ ਕਰਦੇ ਨੇ ਐਰਕਾਂ ਬਣਾਉਣ ਵਾਲੇ ਜਿਹੜੇ ਲੋਕ ਨੇ ਜਿਹੜਾ ਬੋਰਡ ਦਾ ਅਧਿਕਾਰ ਆ ਐਰਕਾਂ ਕਿਸਾਨਾਂ ਦਾ ਹੱਕ ਵੀ ਬਣਦਾ ਵੀ ਉਹ ਆਪਣਾ ਜਿਹੜਾ ਪ੍ਰਦਰਸ਼ਨ ਉੱਥੇ ਕਰ ਸਕਣ ਉੱਥੇ ਨਾਲ ਦੀ ਨਾਲ ਜਿਹੜੀ ਇੰਗਲੈਂਡ ਦੀ ਸਰਕਾਰ ਆ ਇਸ ਵੇਲੇ ਜਿਹੜਾ ਬੋਰਸ ਜੋਨਸਨ ਜਿਹੜਾ ਪ੍ਰਧਾਨ ਮੰਤਰੀ ਆ ਉਹ ਵੀ ਇੰਡੀਆ ਤੋਂ ਸੱਦਾ ਇਹਦੇ ਪਦਰ ਦੇ ਉੱਤੇ ਜਾ ਰਿਹਾ ਵਾ ਇਹਦੇ ਕਹਿਣ ਦਾ ਮਤਲਬ ਇਹ ਆ ਵੀ ਉਹ ਵੀ ਸਰਕਾਰ ਦਾ ਪੱਖਪੂਰਤ ਨਜ਼ਰ ਆ ਰਿਹਾ ਜਿਵੇਂ ਇੰਗਲੈਂਡ ਦੀ ਜਿਹੜੀ ਥੈਚਰ ਸਰਕਾਰ ਸੀ ਜਨੇ ਅੱਜ ਤੋਂ 35-40 ਸਾਲ ਪਹਿਲਾਂ ਸ਼ਰੀਅਕਾਲ ਤੱਕ ਸਾਹਿਬ ਤੇ ਟੈਕ ਕਰਾਉਣ ਦੇ ਵਿੱਚ ਭਾਰਤ ਸਰਕਾਰ ਦਾ ਸਾਥ ਦਿੱਤਾ ਸੀਗਾ ਉਹੀ ਟੋਰੀ ਪਾਰਟੀ ਉਸੇ ਪਾਰਟੀ ਦਾ ਪ੍ਰਧਾਨ ਮੰਤਰੀ ਅੱਜ 40 ਸਾਲਾਂ ਬਾਅਦ ਫਿਰ ਸੈਂਟਰ ਸਰਕਾਰ ਦੀ ਸਰਕਾਰ ਦੇ ਨਾਲ ਜਿਹੜਾ ਉਹ ਖਲੋਤਾ ਕਿਸਾਨਾਂ ਦੇ ਨਾਲ ਜਾਂ ਲੋਕਾਂ ਦੇ ਨਾਲ ਜਾਂ ਮਨੁੱਖਤਾ ਦੇ ਨਾਲ ਖਲੋਤਾ ਨਜ਼ਰ ਨਹੀਂ ਆ ਰਿਹਾ ਅੱਜ ਟੋਰੀ ਪਾਰਟੀ ਦੀ ਸਰਕਾਰ ਵੀ ਫਿਰ 40 ਸਾਲ ਬਾਅਦ ਉੱਥੇ ਖਲੋਤੀ ਨਜ਼ਰ ਆ ਰਹੀ ਹੈ ਜਿਹੜੇ ਪੰਜਾਬੀ ਲੋਕ ਇਸ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਜਾਂ ਐਮਪੀ ਆ ਜਾ ਇਹਨਾਂ ਦੇ ਸਪੋਰਟਰ ਨੇ ਉਹਨਾਂ ਨੂੰ ਬੇਨਤੀ ਆ ਵੀ ਇਸ ਪਾਰਟੀ ਦੇ ਜੇ ਤੁਸੀਂ ਸਪੋਰਟਰ ਹੋ ਤੁਹਾਨੂੰ ਮੁਬਾਰਕ ਆ ਕੋਈ ਗੱਲ ਨਹੀਂ ਪਰ ਆਪਣੀ ਇਸ ਪਾਰਟੀ ਨੂੰ ਈਮੇਲਾਂ ਕਰੋ ਆਪਣੀ ਇਸ ਪਾਰਟੀ ਨੂੰ ਚਿੱਠੀਆਂ ਲਿਖੋ ਜਿੱਦਾਂ ਵੀ ਸਨਾਹ ਦਿੱਤਾ ਜਾਂਦਾ ਦੇ ਕੇ ਵੀ ਇਸ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਇਸ ਦੌਰੇ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੇ ਮਨੁੱਖਤਾ ਦਾ ਕਿਸਾਨਾਂ ਦਾ ਜਿਹੜਾ ਉਹ ਘਾਣ ਹੋ ਰਿਹਾ ਜਿਹੜੇ ਲੋਕ ਬੋਧ ਗਿਣਤੀ ਦੇ ਵਿੱਚ ਜਿਹੜੇ ਨੇ ਉੱਥੇ ਇੱਥੇ ਕਾਉਂਸਲਰ ਨੇ ਬੁਲਵਰਹਪਟਨ ਸ਼ਹਿਰ ਦੇ ਵਿੱਚ ਵੀ ਦੋ ਤਿੰਨ ਕਾਉਂਸਲਰ ਟੋਰੀ ਪਾਰਟੀ ਦੇ ਹੈਗੇ ਨੇ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਈਮੇਲਾਂ ਕਰੋ ਸੱਦੇ ਪੱਤਰ ਦਿਓ ਵੀ ਇਸ ਵੇਲੇ ਜਿਹੜੀ ਟੋਰੀ ਪਾਰਟੀ ਆ ਇਹਨਾਂ ਦਾ ਪੰਜਾਬੀਆਂ ਜਾਂ ਸਿੱਖਾਂ ਦੇ ਉੱਤੇ ਰਵੱਈਆ ਉਹੀ ਆ ਜਿਹੜਾ ਅੱਜ ਤੋਂ 35-40 ਸਾਲ ਪਹਿਲਾਂ ਥੈਚਰ ਦਾ ਸੀਗਾ ਜੋ ਉਹਨੇ ਸੈਂਟਰ ਦੇ ਸਾਹ ਦਿੱਤਾ ਸੀ ਅੱਜ ਇਹ ਵੀ ਸਾਹ ਦੇ ਰਹੇ ਸੋ ਜਿਹੜਾ ਕਿਸਾਨਾਂ ਦੀ ਜਿਹੜੀ ਮੀਟਿੰਗ ਆ ਉਹ ਬਿਲਕੁਲ ਬੇਸਟਾ ਰਹੀ ਆ 8 ਤਰੀਕ ਦੀ ਮੀਟਿੰਗ ਜਿਹੜੀ ਆ ਫੇਰ ਅੱਗੇ ਪਾ ਦਿੱਤੀ ਗਈ ਆ ਪਰ ਕਿਸਾਨਾਂ ਦਾ ਸੰਘਰਸ਼ ਜੋਰਾਂ ਦੇ ਉੱਤੇ ਆ ਕਿਸਾਨ ਆਪਣੇ ਡਿਰ ਇਰਾਦੇ ਦੇ ਉੱਤੇ ਬੈਠੇ ਨੇ ਕਿਉਂਕਿ ਸਰਕਾਰ ਨੂੰ ਲੱਗਦਾ ਕਿ ਸ਼ਾਂਤ ਗੱਲਬਾਤ ਕਰਕੇ ਮਿਠੀਆਂ-ਪਿੱਕੀਆਂ ਮਾਰ ਕੇ ਸਮਾਂ ਅਸੀਂ ਲੰਬਾ ਕਰ ਦੇਾਂਗੇ ਤੇ ਇਹ ਸੰਘਰਸ਼ ਜਿਹੜਾ ਫੇਲ ਹੋ ਜੂ ਕਿਉਂਕਿ ਇਹਨਾਂ ਸਰਕਾਰਾਂ ਨੇ ਵੇਖਿਆ ਮਹਾਰਾਸ਼ਟਰ ਦੇ ਕਿਸਾਨਾਂ ਦਾ ਸੰਘਰਸ਼ ਇਹਨਾਂ ਨੇ ਵੇਖਿਆ ਤਾਮਿਲਨਾਡੂ ਦੇ ਕਿਸਾਨਾਂ ਦਾ ਸੰਘਰਸ਼ ਇਹਨਾਂ ਨੇ ਵੇਖਿਆ ਬਿਹਾਰ ਦੇ ਕਿਸਾਨਾਂ ਦਾ ਸੰਘਰਸ਼ ਉਹ ਵਿਚਾਰੇ ਆਉਂਦੇ ਸੀ 20-25 ਦਿਨ ਜਾਂ ਹੱਦ ਇੱਕ ਮਹੀਨਾ ਸੰਘਰਸ਼ ਕਰਕੇ ਉਹਨਾਂ ਨੂੰ ਮੁੜਨਾ ਪਿਆ ਸੰਘਰਸ਼ ਉਹ ਖਤਮ ਹੋਏ ਕਿਉਂਕਿ ਉਹਨਾਂ ਕੋਲੋਂ ਮਗਰ ਸਪੋਰਟ ਜਾਂ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਨਹੀਂ ਮਿਲੀਆਂ ਪਰ ਪਹਿਲੀ ਵਾਰੀ ਇਹ ਜਿਹੜਾ ਪੰਜਾਬ ਅਤੇ ਹਰਿਆਣਾ ਦਾ ਸੰਘਰਸ਼ ਆ ਪੰਜਾਬ ਤੇ ਹਰਿਆਣਾ ਸਾਨੂੰ ਬੋਲਣਾ ਪੈਂਦਾ ਇਹਨਾਂ ਰਾਜਨੀਤਿਕ ਲੋਕਾਂ ਨੇ ਦੋ ਬਣਾਤਾ ਵੈਸੇ ਨਹੀਂ ਤੇ ਇਹ ਪੰਜਾਬ ਹੀ ਸੀਗਾ ਹਰਿਆਣਾ ਪੰਜਾਬ ਦਾ ਹਿੱਸਾ ਹੀ ਆ ਇਸ ਵੇਲੇ ਵੀ ਪੰਜਾਬ ਆ ਸਾਡਾ ਭਰਾਵਾ ਹਰਿਆਣਾ ਹਰਿਆਣੇ ਦੇ ਲੋਕ ਕਿਸਾਨ ਪਰ ਇਸ ਵੇਲੇ ਇਹ ਜਿਹੜਾ ਸੰਘਰਸ਼ ਆ ਇਹ ਪੰਜਾਬੀਆਂ ਦਾ ਸੰਘਰਸ਼ ਆ ਹਰਿਆਣੇ ਤੇ ਪੰਜਾਬ ਦਾ ਜਿਹੜਾ ਸੰਘਰਸ਼ ਆ ਪੰਜਾਬੀਆਂ ਦੇ ਜਿੰਨੇ ਵੀ ਸੰਘਰਸ਼ ਹੋਏ ਨੇ ਇਹਦੇ ਵਿੱਚ ਇਤਿਹਾਸ ਗਵਾਹ ਇਸ ਗੱਲ ਦਾ ਜਿੰਨੀਆਂ ਜਿਉਂ-ਜਿਉਂ ਸ਼ਹੀਦਾਂ ਦੇ ਕੁਰਬਾਨੀਆਂ ਹੋਈਆਂ ਨੇ ਇਹ ਸੰਘਰਸ਼ ਜੋਰਾਂ ਤੇ ਗਿਆ ਕਿਉਂਕਿ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ ਅਰਬੀਆਂ ਨਾਲ ਖੋਪਰ ਲਿੰਦੇ ਜਾਂ ਤਸਵੀਰ ਬਦਲਦੀ ਕੋਮਾ ਦੀ ਜਿੱਥੇ ਪੰਜਾਬੀਆਂ ਦਾ ਸੰਘਰਸ਼ ਲੰਮਾ ਸਮਾਂ ਚੱਲਿਆ ਪੰਜਾਬੀ ਸੂਬਾ ਮੋਰਚੇ ਦੀ ਗੱਲ ਜਿਹੜੀ ਆ ਉਹ 1955 ਦੇ ਵਿੱਚ ਉੱਠਦੀ ਆ 1961 ਬਾੜ ਦੇ ਵਿੱਚ ਜਾ ਕੇ ਸੂਬਾ ਬਣਦਾ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਤੇ ਵੀ ਪਾਬੰਦੀ ਲੱਗੀ ਸੀ ਲੋਕਾਂ ਦੇ ਘਰਾਂ ਦੀਆਂ ਕੁੜਕੀਆਂ ਹੋ ਗਈਆਂ ਲੋਕਾਂ ਨੂੰ ਜੇਲਾ ਹੋ ਗਈਆਂ ਬੜੀਆਂ ਛਿਦੀਆਂ ਵੀ ਹੋ ਗਈਆਂ ਪਰ ਲੋਕਾਂ ਦੇ ਇਰਾਦੇ ਡੇੜੜੇ ਉਹ ਉਹ ਸਫਲ ਹੋਏ ਉਸ ਤੋਂ ਬਾਅਦ ਗੰਗਸਰ ਜੱਤੋਂ ਦੇ ਮੋਰਚੇ ਜੇ ਲੱਗਦੇ ਆ ਇਹ ਤੋਂ ਪਹਿਲਾਂ ਗੰਗਸਰ ਜੱਤੋਂ ਦਾ ਮੋਰਚਾ 9 ਮਹੀਨੇ ਚੱਲਿਆ ਗੁਰੂ ਕੇ ਬਾਗ ਦਾ ਮੋਰਚਾ ਲੰਮਾ ਸਮਾਂ ਚੱਲਿਆ ਬੜੇ ਤਸ਼ੱਦਦ ਹੋਏ ਸਾਡੇ ਉੱਤੇ ਪਰ ਜਿਉਂ-ਜਿਉਂ ਮੋਰਚਾ ਲੰਬਾ ਹੋਇਆ ਇਹਦਾ ਬਲ ਨਹੀਂ ਘਟਿਆ ਇਹਦਾ ਅਸਰ ਨਹੀਂ ਘਟਿਆ ਪੰਜਾਬੀ ਵੱਧ ਕੇ ਜਿਹੜੇ ਆ ਉਹ ਛਾਲਾ ਮਾਰ ਕੇ ਸੰਘਰਸ਼ ਦੇ ਵਿੱਚ ਕੁਦਦੇ ਪਿਛਲੇ ਸਮਿਆਂ ਦੇ ਵਿੱਚ ਤੇ ਅੱਜ ਵੀ ਕੁਦ ਰਹੇ ਨੇ ਸੋ ਇਸ ਕਰਕੇ ਸਰਕਾਰ ਇਹ ਗੱਲ ਜਿਹੜਾ ਸਮਝਦੀ ਆ ਇਹ ਬਿਲਕੁਲ ਨਾ ਮੁਨਕਨ ਆ ਵੀ ਕਾਨੂੰਨ ਸਰਕਾਰ ਨੂੰ ਰੱਦ ਜਿਹੜੇ ਆ ਉਹ ਕਰਨੇ ਪੈਣੇ ਆ ਉੱਥੇ ਨੌਜਵਾਨਾਂ 'ਚ ਵੀ ਜੋਸ਼ ਆ ਕਿਸਾਨ ਜਥੇਬੰਦੀਆਂ ਬੜੇ ਵਧੀਆ ਤਰੀਕੇ ਨਾਲ ਨਮਾਇਦਗੀ ਕਰਕੇ ਇਸ ਸੰਘਰਸ਼ ਨੂੰ ਚਲਾ ਰਹੀਆਂ ਨੇ ਔਰ ਪੰਜਾਬ ਦੇ ਸੰਘਰਸ਼ ਜਿਹੜੇ ਕਿਸਾਨ ਨੇ ਉਹ ਵੱਧ ਤੋਂ ਵੱਧ ਸਾਥ ਦੇ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਪਿੰਡਾਂ ਤੋਂ ਕਿਸਾਨ ਆ ਰਹੇ ਨੇ ਪਿੰਡ ਪਿੰਡ ਜਿਹੜੀਆਂ ਰਸਤੇ ਇਕੱਠੀਆਂ ਕੀਤੀਆਂ ਜਾ ਰਹੀਆਂ ਗਰਾਈਆਂ ਇਕੱਠੀਆਂ ਕਰਕੇ ਰਸਤੇ ਲੰਗਰਾ ਬਾਹ ਦੇ ਇਕੱਠੀਆਂ ਕਰਕੇ ਇੱਥੇ ਪਹੁੰਚਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਅ ਬੇਸ਼ੰਗਰਸ਼ 2021 ਪੂਰਾ ਵੀ ਚੱਲ ਜੇ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਜਾਂ ਨਿਮਾਨਤਾ ਆਉਣ ਦੀ ਕੋਈ ਤੋਕ ਤੇ ਗੱਲ ਹੀ ਨਹੀਂ ਬਣਦੀ ਵਿਦੇਸ਼ਾਂ ਦਾ ਜਿਹੜਾ ਸਿੱਖਿਆ ਵਦੇਸ਼ਾਂ ਦਾ ਜਿਹੜਾ ਪੰਜਾਬੀ ਆ ਉਹਨੇ ਬਹੁਤ ਮਾਇਕ ਤੌਰ ਤੇ ਜਿਹੜੀ ਸਾਹ ਦਿੱਤਾ ਬਹੁਤ ਮਾਇਕ ਤੌਰ ਤੇ ਸਪੋਰਟ ਕੀਤੀ ਆ ਬਹੁਤ ਵੱਡੀ ਆਵਾਜ਼ ਕਿਸਾਨ ਪੰਜਾਬ ਦੇ ਕਿਸਾਨਾਂ ਵਾਸਤੇ ਬਣ ਰਹੀ ਆ ਗਾਂ ਵੀ ਬਣ ਗਏ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਉਹਨਾਂ ਦਾ ਧੰਨਵਾਦ ਕਰਦਾ ਵਿਦੇਸ਼ੀ ਪੰਜਾਬੀਆਂ ਦਾ ਆਪਣੇ ਭਰਾਵਾਂ ਦਾ ਜਿਹੜਾ ਉਹ ਸਾਹ ਦੇ ਰਹੇ ਨੇ ਸੋ ਇਹ ਛਣ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸਰਕਾਰ ਨੂੰ ਇਸ ਨੂੰ ਮਦਮ ਪਾਉਣਾ ਚਾਹੁੰਦੀ ਆ ਔਰ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਕਿਸਾਨਾਂ ਨੂੰ ਇੱਕ ਨੁਕਰੇ ਲਾ ਕੇ ਤੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਉੱਪਰ ਚੁੱਕਣਾ ਚਾਹੁੰਦੀ ਆ ਪਰ ਇਹ ਕਿਸਾਨ ਕਦੀ ਵੀ ਇਸ ਚੀਜ਼ ਨੂੰ ਜਿਹੜਾ ਉਹ ਮੰਨਣਗੇ ਨਹੀਂ ਕਿਸਾਨ ਇਸ ਚੀਜ਼ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਨਗੇ ਕਿਉਂਕਿ ਇਹ ਕਾਨੂੰਨ ਜਿਹੜਾ ਉਹ ਰੱਦ ਹੋਣਾ ਚਾਹੀਦਾ ਇਹ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਆ ਹਰ ਇੱਕ ਦੇ ਇਹ ਲਬਜ ਨੇ ਔਰ ਹਰ ਬੰਦਾ ਜਿਹੜਾ ਇਹਦੇ ਚ ਵੱਧ ਤੋਂ ਵੱਧ ਸਾਥ ਦੇਣ ਵਾਸਤੇ ਤਤ ਪਰਿਆ ਸੋ ਇਹਦੇ ਨਾਲ ਜਿਹੜਾ ਮੈਂ ਦੂਸਰਾ ਇੱਥੇ ਕੈਪਚਰ ਲਿਖੀ ਆ ਆਪਣੇ ਪ੍ਰੋਗਰਾਮ ਦੇ ਉੱਪਰ ਪੀ ਪੰਜਾਬ ਦੀ ਰਾਜਨੀਤੀ ਚ ਹੋਈ ਹਲਚਲ ਸੁਖਬੀਰ ਬਾਦਲ ਨੇ ਛੱਡਿਆ ਮੁੱਖ ਮੰਤਰੀ ਦਾ ਦਾਵਾ ਤੇ ਬਿਆਨ ਦਿੱਤਾ ਪੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਗੇ 2022 ਦੇ ਮੁੱਖ ਮੰਤਰੀ ਦੇ ਉਮੀਦਵਾਰ ਔਰ ਇਹ ਕਿਦਾਂ ਦੇ ਪੈਂਤੜੇ ਆ ਇੱਕ ਵਾਰੀ ਫੇਰ ਬਾਪੂ ਬਾਦਲ ਆਪਣੇ ਪੰਜਾਬ ਦੇ ਲੋਕਾਂ ਨੂੰ ਵਾਸਤਾ ਪਾਉਂਦਾ ਨਜ਼ਰ ਆਉਣਗੇ ਪੀ ਮੇਰੀ ਆਖਰੀ ਚੋਣਾਂ ਇਹ 5 4 ਚੋਣਾਂ ਹੀ ਵੇਖੀਆਂ ਜਿਹਦੇ ਵਿੱਚ ਬਾਪੂ ਬਾਦਲ ਦੀ ਹਰ ਵਾਰੀ ਆਖਰੀ ਚੋਣ ਹੁੰਦੀ ਹੁੰਦੀ ਆ ਭਾਵੇਂ ਕਿ ਇਹ ਜਿਹੜੀ ਪੰਥਕ ਪਾਰਟੀ ਸੀਗੀ ਇਹ ਜਦੋਂ 95 97 ਚ ਸਰਕਾਰ ਬਣਦੀ ਆ 2007 ਤੱਕ ਆਉਂਦਿਆ ਇਹ ਪੰਥਕ ਅਕਾਲੀ ਪਾਰਟੀ ਤੋਂ ਪੰਜਾਬੀ ਪਾਰਟੀ ਦਾ ਐਲਾਨ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਕੋਲ ਕਮਾਂਡ ਹੁੰਦੀ ਆ ਪ੍ਰਧਾਨਗੀ ਹੁੰਦੀ ਆ ਡਿਪਟੀ ਮੁੱਖ ਮੰਤਰੀ ਬਣਦੇ ਆ ਔਰ ਹਰ ਸਟੇਜ ਤੋਂ ਚਾਪਲੂਸੀ ਕਰਨ ਵਾਲੇ ਅਕਾਲੀ ਦਲ ਦੇ ਲੀਡਰ ਇਹ ਕਹਿੰਦੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਔਰ ਇਸ ਗੱਲ ਨੇ ਸਾਬਤ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਅਜੇ ਉਸ ਰਾਜਨੀਤੀ 'ਚ ਇਹਨਾ ਕਾਮਯਾਬ ਨਹੀਂ ਹੋ ਸਕੇ ਜਿੱਥੇ ਬਾਪੂ ਬਾਦਲ ਦਾ ਥਾਂ ਬਣਦਾ ਸੀਗਾ ਸੋ ਇਹਨਾਂ ਨੇ ਇੱਕ ਤੇ ਮੈਨੂੰ ਲੱਗਦਾ ਜਿਹੜੀ ਇੱਕ ਕਹਾਵਤ ਆ ਟਟੀਆਂ ਬਾਵਾ ਗੱਲ ਨੂੰ ਆਉਂਦੀਆਂ ਇਹ ਵੀ ਸੱਚ ਹੁੰਦੀ ਨਜ਼ਰ ਆਏਗੀ ਇੱਕ ਤੇ ਜਿਹੜਾ ਭਾਜਪਾ ਨਾਲੋਂ ਨਾਤਾ ਤੋੜਿਆ ਹੋ ਸਕबीर ਬਾਦਲ ਦੀ ਗਵਾਈ ਦੇ ਵਿੱਚ ਟੁੱਟਾ ਕਿਤੇ ਨਾ ਕਿਤੇ ਜਾ ਕੇ ਹੋ ਸਕਦਾ ਬਾਪੂ ਬਾਦਲ ਫਿਰ ਪਾਜਪਾ ਦੇ ਪੈਰਾਂ 'ਚ ਗੋਡਿਆਂ 'ਚ ਬਹਿ ਜੇ ਜਾ ਕੇ ਤੇ ਉਹ ਇਹਦੇ ਗੋਡੀ ਹੱਥ ਉਹ ਵੀ ਸ਼ਾਇਦ ਲਾ ਦੇਣ ਤੇ ਟੁੱਟੀਆਂ ਬਾਹਾਂ ਗੱਲ ਨੂੰ ਆਉਣਗੀਆਂ ਪਾਣੀ ਤੇ ਛੋਟਾ ਮਾਰਿਆ ਪਾਣੀ ਕਦੀ ਦੋ ਨਹੀਂ ਹੁੰਦੇ ਇਹ ਕਹਾਵਤ ਸੱਚ ਹੁੰਦੀ ਨજર ਆ ਸਕਦੀ ਆ ਕਿਉਂਕਿ ਬਾਪੂ ਬਾਦਲ ਹੋਣਾ ਕਹਿਣਾ ਵੀ ਮੈਂ ਤੁਹਾਡੇ ਕੋਲ ਆ ਗਿਆ ਸੁਖਬੀਰ ਹੋਣਾ ਨੂੰ ਅਸੀਂ ਪਿੱਛੇ ਕਰ ਦਿੱਤੇ ਉਹ ਤੇ ਜਵਾਗੇ ਜਾਣੇ ਉਹਨਾਂ ਨੂੰ ਕੀ ਪਤਾ ਸੋ ਇਹ ਬੜਾ ਹੀ ਇੱਕ ਮਿਸ਼ਣਾਪਨ ਪੰਜਾਬ ਦੇ ਮੁੱਖ ਮੰਤਰੀ ਦਾ ਰਿਹਾ ਬੜਾ ਤਜਰਬਾ ਉਹਨਾਂ ਦਾ ਪੰਜ ਵਾਰੀ ਉਹ ਮੁੱਖ ਮੰਤਰੀ ਰਹੇ ਨੇ ਔਰ ਸਰਪੰਚੀ ਤੋਂ ਲੈ ਕੇ ਉਥੋਂ ਤੱਕ ਪਹੁੰਚੇ ਨੇ ਸੋ ਜਿਹੜੀਆਂ ਸਰਕਾਰਾਂ ਵਾ ਕਾਂਗਰਸ ਆ ਜਾਂ ਅਕਾਲੀ ਦਲ ਆ ਇਹ ਬਰਾਬਰ ਦੀਆਂ ਭਾਈਵਾਲ ਨੇ ਇਸ ਕਾਨੂੰਨ ਦੇ ਵਿੱਚ ਇਹਦੇ ਚ ਕੋਈ ਦੋਰ ਹੈਵਾ ਨਹੀਂ ਉਧਰ ਬਾਪੂ ਬਾਦਲ ਜਿਹੜੇ ਨੇ ਉਹ ਖੇਤਰ ਨੂੰ ਛੱਡ ਕੇ ਔਰ ਪੂਰੇ ਭਾਰਤ ਵਿੱਚ ਨੈਸ਼ਨਲ ਰਾਜਨੀਤੀ ਚ ਆਉਣ ਦੇ ਵਿੱਚ ਆ ਵੰਦਾ ਇੱਕ ਸੱਦਾ ਪੱਤਰ ਜਾਂ ਇਦਾਂ ਦਾ ਮੈਸੇਜ ਦਿੱਤਾ ਜਾ ਰਿਹਾ ਪੀ ਜਿੰਨਾ ਵੀ ਭਾਜਪਾ ਦੇ ਐਨਡੀਏ ਨੂੰ ਛੱਡ ਕੇ ਬਾਕੀ ਆ ਸਾਰਿਆਂ ਦਾ ਇੱਕ ਇਕੱਠ ਬਣਾਇਆ ਜਾਵੇ ਇਹ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਵੀ ਇਹ ਬਿਆਨ ਆਉਣਾ ਵੀ ਮੈਨੂੰ ਮੁੱਖ ਮੰਤਰੀ ਧੱਕੇ ਨਾਲ ਬਣਾਇਆ ਪਰ ਮੈਂ ਚਾਹੁੰਦਾ ਨਹੀਂ ਮੈਂ ਇਹ ਜਿਹੜਾ ਰਾਜਨੀਤਿਕ ਨੈਸ਼ਨਲ ਰਾਜਨੀਤੀ ਜਾਣਾ ਚਾਹੁੰਦਾ ਜਾਂ ਮਮਤਾ ਬੈਨਰਜੀ ਜਾਂ ਸਮਾਜਵਾਦੀ ਪਾਰਟੀ ਆ ਇਹ ਸਾਰੇ ਧੜਿਆਂ ਨੂੰ ਇਕੱਠਿਆਂ ਕਰਕੇ ਤੇ ਭਾਜਪਾ ਤੇ ਇੱਕ ਪ੍ਰੈਸ਼ਰ ਬਣਾਇਆ ਜਾ ਸਕੇ ਵੀ ਉਹ ਫਿਰ ਅਕਾਲੀ ਦਲ ਦੇ ਨਾਲ ਉਹਨਾਂ ਦੀ ਜਿਹੜੀ ਸਾਂਝ ਪੈ ਜਾਵੇ ਭਾਵੇਂ ਕਿ ਬਾਪੂ ਬਾਦਲ 2019 ਚ ਸultanpur Lodhi ਬਿਆਨ ਦਿੰਦੇ ਆ ਵੀ ਮੇਰੇ ਜੀਂਦਿਆ ਜੀ ਸੁਖਬੀਰ ਬਾਦਲ ਭਾਜਪਾ ਨਾ ਛੱਡੇ ਪਰ 2020 ਦੇ ਵਿੱਚ ਬੀਬੀ ਹਰਸਿਮਤ ਕੌਰ ਦੇ ਸਤੀਫੇ ਤੋਂ ਮਗਰੋਂ ਭਾਜਪਾ ਨਾਲ 9 ਮਾਸ ਦਾ ਰਿਸ਼ਤਾ ਟੁੱਟ ਜਾਂਦਾ ਪਤੀ ਪੰਧਰੀ ਦੇ ਰਿਸ਼ਤੇ ਟੁੱਟ ਕੇ ਡਿਵੋਰਸ ਹੋ ਜਾਂਦਾ ਪਰ ਫਿਰ ਜਦਾਂ ਕਈ ਜਰੀ ਕੋਟਾ ਟਾਈਮ ਦੇ ਦਿੰਦੀਆਂ ਵੀ ਇੱਕ ਵਾਰੀ ਫੇਰ ਇਕੱਠੇ ਹੋ ਕੇ ਤੁਸੀਂ ਵੇਖੋ ਜੇ ਤੁਹਾਡਾ ਰਿਸ਼ਤਾ ਬਚਦਾ ਤੇ ਮੈਨੂੰ ਲੱਗਦਾ ਜਿਹੜੇ ਬਾਪੂ ਬਾਦਲ ਫੇਰ ਸਰਗਰਮ ਹੋ ਰਹੇ ਨੇ ਔਰ ਸੁਖਬੀਰ ਬਾਦਲ ਦਾ ਇਹ ਬਿਆਨ ਆਉਣਾ ਕਿ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਗੇ ਇਹ ਕੁਝ ਇੱਕ ਇਸ਼ਾਰੇ ਇਧਰ ਨੂੰ ਜਿਹੜਾ ਉਹ ਦੇ ਰਿਹਾ ਜਿਹੜਾ ਇਹ ਇਹ ਪਾਰਟੀ ਸੀ ਰਵੈਤੀ ਪਾਰਟੀ ਔਰ ਇਹਦੇ ਵਿੱਚ तकरीबन तकरीबन 2018 ਦੇ ਵਿੱਚ ਜਦੋਂ ਰঞ্জੀਤ ਸਿੰਘ ਬ੍ਰਹਮਪੁਰਾ ਜਾਸਖ ਦੇਵ ਸਿੰਘ ਹੁਣੀ ਜਦੋਂ ਵਖਰੇ ਹੁੰਦੇ ਨੇ ਆਣ ਕੇ ਤੇ ਉਹ ਇਹ ਕਹਿੰਦੇ ਨੇ ਵੀ ਸੁਖਬੀਰ ਸਿੰਘ ਦਲ ਦੇ ਵਿੱਚ ਕੁਝ ਚੰਗਾ ਨਹੀਂ ਸੁਖਬੀਰ ਬਾਦਲ ਦੀ ਗਵਾਈ ਵਿੱਚ ਚੱਲਿਆ ਨਹੀਂ ਜਾ ਸਕਦਾ ਤੇ ਬਾਪੂ ਬਾਦਲ ਨਾਲ ਹੀ ਚੱਲਣ ਨੂੰ ਤਿਆਰ ਹਾਂ ਫਿਰ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਇਹ ਟੁੱਟੀਆਂ ਬਾਵਾ ਰਣਜੀਤ ਸਿੰਘ ਬ੍ਰਹਮਪੁਰਾ ਸੇਵਾ ਸਿੰਘ ਸੇਖਵਾ ਸੁਖਦੇਵ ਸਿੰਘ ਢੀਂਡਸਾ ਜਿੰਨੇ ਵੀ ਇਹ ਲੀਡਰਸ ਹਨ ਜਿਹੜੇ ਪਰਾਂ ਹੋਏ ਸਨ ਇਹ ਮੈਨੂੰ ਲੱਗਦਾ ਫਿਰ ਬਾਪੂ ਬਾਦਲ ਦੀ ਗਵਾਈ ਦੇ ਵਿੱਚ ਆ ਸਕਦੇ ਕਿਉਂਕਿ ਵੱਖਰੇ ਹੋ ਕੇ ਉਹਨਾਂ ਇਲੈਕਸ਼ਨਾਂ ਦੋ ਇਲੈਕਸ਼ਨਾਂ ਵਿਧਾਨ ਸਭਾ ਵੀ ਔਰ ਲੋਕ ਸਭਾ ਵੀ ਲੜੀਆਂ ਔਰ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ ਉਹ ਫਿਰ ਬਾਪੂ ਬਾਦਲ ਦੀ ਗਲਬਕੜੀ ਦੇ ਵਿੱਚ ਆ ਸਕਦੇ ਨੇ ਜਿਦਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਔਰ ਇਥੋਂ ਤੱਕ ਸਖਦੇਵ ਸਿੰਘ ਢੀਂਡਸੇ ਦਾ ਸੰਗਰੂਰ ਅੈਲੀ ਅਕਾਲੀ ਦਲ ਨੇ ਕਰਕੇ ਕਿਹਾ ਸੀ ਜਿਥੇ ਭੋਗ ਪਾਇਆ ਜਾਂਦਾ ਮਰਨ ਤੋਂ ਮਗਰੋਂ ਤੇ ਅੰਤਮ ਅਰਦਾਸ ਅੰਤਮ ਅਰਦਾਸ ਜਾਂ ਅੰਤਮ ਭੋਗ ਪੌਂਡ ਦੀਆਂ ਗੱਲਾਂ ਮੀ ਇੱਕ ਘਟਿਆ ਸ਼ਬਦਾਵਲੀ ਤੱਕ ਵੀ ਅਕਾਲੀ ਦਲ ਨੇ ਉਦੋਂ ਇਹਨਾਂ ਵਾਸਤੇ ਵਰਤੀਆਂ ਸੀ ਪਰ ਜਿਹੜੀ ਰਾਜਨੀਤੀ ਆ ਦੇ ਵਿੱਚ ਹਰ ਕੁਝ ਮੁਨਕਨ ਹੈ ਹਰ ਕੁਸ਼ੇ ਵਿੱਚ ਕੁਝ ਵੀ ਜਿਹੜਾ ਹੋ ਸਕਦਾ ਕੱਲ ਨੂੰ ਫਿਰ ਇਹ ਇਹ ਬਿਆਨ ਇਹਨਾਂ ਲੀਡਰਾਂ ਦੇ ਆ ਜਾਣੇ ਨੇ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ ਇਹ ਇਹ ਕਹਾਵਤਾਂ ਸੱਚੀਆਂ ਹੋਣਗੀਆਂ ਜਿਹੜੀਆਂ ਮੈਂ ਵਰਤ ਰਿਹਾ ਪਰ ਉਹਦੇ ਵਿੱਚ ਵੇਖਣਾ ਇਹ ਪਵੇਗਾ ਕਿ ਇਹ ਅਕਾਲੀ ਦਲ ਦਾ ਭਾਜਪਾ ਦੇ ਨਾਲ ਵੀ ਨਾਤਾ ਬਣ ਸਕਦਾ ਪਰ ਇਸ ਵੇਲੇ ਰਾਜਨੀਤਿਕ ਪਾਰਟੀਆਂ ਦੇ ਥੱਲਿਓ ਰਾਜਨੀਤੀ ਜਿਹੜੀ ਜ਼ਮੀਨ ਹੈ ਉਹ ਖਿਸਕੀ ਹੋਈ ਆ ਕਿਸਾਨਾਂ ਨੇ ਜਿਹੜਾ ਇਹਨਾਂ ਨੂੰ ਸਟੇਜਾਂ ਤੇ ਬੋਲਣ ਨਹੀਂ ਦਿੱਤਾ ਇਹਨਾਂ ਦੇ ਆਪਣੇ ਔਰ ਵੱਡਿਆਂ ਵੱਡਿਆਂ ਕਈਆਂ ਥਾਵਾਂ ਤੋਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਲੀਡਰਾਂ ਦਾ ਔਰ ਇਥੋਂ ਤੱਕ ਇਹ ਤੈਸ਼ ਵਿੱਚ ਆ ਗਏ ਭਾਜਪਾ ਦੇ ਲੀਡਰ ਵੀ ਵੀ ਇੱਕ ਗੋਏ ਦੀ ਟਰਾਲੀ ਕਿਸੇ ਦੇ ਘਰ ਛੁੱਟਣ ਨਾਲ ਐਸੇ ਪਰਚੇ ਬਣ ਜਾਂਦੇ ਨੇ ਜਿਦਾ ਬੰਬ ਚਲਾਇਆ ਹੋਵੇ ਜਾਂ ਆਰਡੀਐਕਸ ਇੱਕ ਗੋਆ ਵੀ ਆਰਡੀਐਕਸ ਇਹਨਾਂ ਨੂੰ ਆਰਡੀਐਕਸ ਲਾਪ ਰਿਹਾ ਸੋ ਇਹ ਘਟੀਆ ਬਿਆਨਬਾਜ਼ੀ ਜਿਹੜੇ ਲੀਡਰ ਕਰਦੇ ਨੇ ਸ਼ਬਦਾਬਲੀ ਵਰਤਦੇ ਨੇ ਜੋ ਉਥੇ ਤੇ ਪਿਕਨਿਕ ਮਨਾ ਰਹੇ ਨੇ ਕਿਸਾਨ ਇੰਨੀ ਠੰਡ ਦੇ ਵਿੱਚ ਤੁਸੀਂ ਆਪਣੇ ਘਰ-ਬਾਰ ਛੱਡ ਕੇ ਉਥੇ ਜਾ ਕੇ ਬਹਿ ਕੇ ਵੇਖੋ ਪਰ ਅੱਜ ਜਿਹੜਾ ਹੈ ਉਹ ਆਰਐਸਐਸ ਪੂਰਾ ਯਤਨ ਕਰ ਰਹੀ ਹੈ ਸਰਕਾਰੀ ਤੰਤਰ ਪੂਰਾ ਯਤਨ ਕਰ ਰਿਹਾ ਹੈ ਕਾਨੂੰਨ ਵਧੀਆ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤ ਰਿਹਾ ਇਹ ਸਰਕਾਰ ਤੇ ਕਾਨੂੰਨ ਪਰ ਕਿਸਾਨ ਇਸ ਨੂੰ ਮੰਨਣ ਲਈ ਤਿਆਰ ਨਹੀਂ ਉਥੇ ਸੰਸਥਾਵਾਂ ਵੱਲੋਂ ਕਾਰਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਬਹੁਤ ਜਿਹੜੇ ਲੰਗਰ ਲੱਗੇ ਨੇ ਪਿਛਲੇ ਦਿਨਾਂ 'ਚ ਕੁਝ ਕਾਮਰੇਟੀ ਸੋਚ ਵਾਲੇ ਲੋਕਾਂ ਨੇ ਕਾਰਸੇਵਾ ਵਾਲਿਆਂ ਕੋਲ ਬੋਰੀਆਂ ਖੋਈਆਂ ਦਾਣੇ ਵੀ ਖੋਏ ਪਰ ਉਹਨਾਂ ਫਿਰ ਅਜਕਾਰ ਸੇਵਾ ਵਾਲਿਆਂ ਬਾਬੇ ਪੰਥ ਦੇ ਨਾਲ ਔਰ ਪੰਜਾਬ ਦੇ ਨਾਲ ਖੜੇ ਨੇ ਉਹਨਾਂ ਲੰਗਰ ਲਾ ਦਿਤੇ ਨੇ ਵਧੀਆ ਸਹੂਲਤਾਂ ਜਿਹੜੀਆਂ ਦੇ ਰਹੇ ਨੇ ਇਸ ਕਰਕੇ ਕਈ ਵਾਰੀ ਹੋਸ਼ੇ ਲੋਕ ਇਹੋ ਜੀ ਬਿਆਨਬਾਜ਼ੀ ਜਿਹੜੇ ਕਰ ਦਿੰਦੇ ਨੇ ਪਰ ਇਹ ਜਿਹੜੇ ਇਹ ਇਕੱਠਾ ਜਦੋਂ ਪੰਥ ਮਹਾਜ ਇਕੱਠਾ ਹੋ ਜਾਂਦਾ ਤੇ ਉਦੋਂ ਸਫਲਤਾ ਜਿਹੜੀ ਆ ਉਹ ਮਿਲ ਕੇ ਹੀ ਰਹਿੰਦੀ ਹੈ ਇਸ ਵੇਲੇ ਪੰਜਾਬ ਦਾ ਬੜਾ ਇਕੱਠ ਹੈ ਉਥੇ ਕਿਤੇ ਨਾ ਕਿਤੇ ਨੌਜਵਾਨ ਜਾ ਕੇ ਕਈ ਵਾਰੀ ਗਰਮਜੋਸ਼ੀ ਦੇ ਵਿੱਚ ਆ ਜਾਂਦੇ ਨੇ ਔਰ ਗਰਮਜੋਸ਼ੀ ਜਜਬਾਤਾਂ ਚ ਬਿਆਨ ਇਦਾਂ ਦੇ ਦੇ ਜਾਂਦੇ ਨੇ ਜਦੋਂ ਜਿੱਥੇ ਕਾਰੀ মিডিਆ ਨੂੰ ਜਿਹੜਾ ਹੈ ਉਹ ਝੋਲੀ ਚੋਕ মিডিਆ ਨੂੰ ਬੋਲਣ ਦਾ ਸਮਾਂ ਮਿਲ ਜਾਂਦਾ ਜੀ ਇਹ ਵੇਖੋ ਕਿੰਦਾ ਦੇ ਬਿਆਨ ਦੇ ਜੇ ਅਸੀਂ ਉਹ ਕਰਦੇ ਅਸੀਂ ਆਹ ਕਰਦੇ ਅਧਮਕੀਆਂ ਭਰੇ ਪਰ ਕਿਸਾਨ ਜਥੇਬੰਦੀਆਂ ਦੇ ਨਮਾਇंदे ਬੜੀ ਸ਼ਹਿਨਸ਼ੀਲਤਾ ਬੜੇ ਵਧੀਆ ਤਰੀਕੇ ਨਾਲ ਸੰਘਰਸ਼ ਚਲਾ ਰਹੇ ਨੇ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਵੀ ਇਸ ਵੇਲੇ ਮੋਰਚਾ ਬੜੇ ਸ਼ਿਖਰਾਂ ਤੇ ਗਿਆ ਇੱਕ ਨਿੱਕੀ ਜੀ ਗਲਤੀ ਵੀ ਅੱਖ پلਕਣ ਦੇ ਸਮੇਂ ਜਿੰਨੀ ਗਲਤੀ ਵੀ ਸਾਨੂੰ ਬੜੀ ਦੂਰ ਪਛਾਣ ਛੁੱਟ ਸਕਦੀ ਹੈ ਜੇ ਇਹ ਮੋਰਚਾ ਕਾਮਯਾਬ ਨਾ ਹੋਇਆ ਕਿਸੇ ਲੋਕ ਦੋ ਚਾਰ ਲੋਕਾਂ ਦੀ ਵਜ੍ਹਾ ਨਾ ਜਾਂ ਦੋ ਚਾਰ ਜਥੇਬੰਦੀਆਂ ਦੀ ਵਜ੍ਹਾ ਨਾ ਇਹ ਮੋਰਚੇ ਦੇ ਵਿੱਚ ਕੋਈ ਘਟਲਿਆਈ ਆਉਂਦੀ ਆ ਤੇ ਪੰਜਾਬ ਦਾ ਜਿਹੜਾ ਸੰਘਰਸ਼ ਆ ਉਹ 50 ਸਾਲ ਅਸੀਂ ਪਿੱਛੇ ਪੈ ਜਾਾਂਗੇ ਅੱਜ ਜਿਹੜੀ ਇਹ ਲੜਾਈ ਆ ਇਹ ਆਉਣ ਵਾਲੀਆਂ ਨਸਲਾਂ ਨੂੰ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜੀ ਲੜਾਈ ਆ ਔਰ ਲੋਕੀ ਆਪਣੇ ਮਹੀਨੇ-ਮਹੀਨੇ ਸਵਾ ਸਵਾ ਮਹੀਨੇ ਦੇ ਬੱਚੇ ਨਾਲ ਲੈ ਕੇ 90-90 ਸਾਲ ਦੀਆਂ ਬਜ਼ੁਰਗ ਮਾਮਾ ਤੇ ਬਜ਼ੁਰਗ ਉੱਥੇ ਬੈਠੇ ਨੇ ਤੁਰੇ ਜਾਂਦਿਆਂ ਪਠੀਆਂ ਦੇ ਲਾਗੇ ਵੇਖੋ ਵੀਡੀਓ ਆ ਰਹੀਆਂ ਬਜ਼ੁਰਗਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਇਸ ਵੇਲੇ 60 ਦੇ ਕਰੀਬ ਲਾਗੇ ਚਾਗੇ ਜਿਹੜੀਆਂ ਨੇ ਉਹ ਕੁਰਬਾਨੀਆਂ ਹੋ ਚੁੱਕੀਆਂ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਕਿਸਾਨਾਂ ਦੀਆਂ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਸਤੇ ਜਿੱਥੇ ਕਈਆਂ ਬਾਬਿਆਂ ਨੇ ਸੁਸਾਇਸਾਈਡ ਕੀਤਾ ਸਰਕਾਰ ਦੇ ਨਾਂ ਤੇ ਨੋਟ ਲਿਖ ਕੇ ਕਿਸਾਨਾਂ ਨੇ ਫਾ ਗਲਾਂ ਦੇ ਵਿੱਚ ਰਸੇ ਗਲਾਂ ਦੇ ਵਿੱਚ ਮੋਤ ਦੇ ਪਾਲੇ ਪਰ ਇਸ ਸਰਕਾਰ ਦੇ ਕੰਨ ਤੇ ਜੇ ਜੂਨ ਹੀ ਜਿਹੜੀ ਸਰਕਾਰ ਆਈ ਇਹ ਬੜੀ ਨਿੰਦਨਯੋਗ ਤੇ ਅਤ ਜਿਹੜੀ ਹੈ ਘਟੀਆ ਦਰਜੇ ਦੀ ਰਾਜਨੀਤੀ ਜਿਹੜੀ ਉਹ ਹੋ ਰਹੀ ਹੈ ਸਰਕਾਰ ਇਸ ਵੇਲੇ ਭਾਵੇਂ ਅੜੀ ਬੈਠੀ ਹੈ ਕਾ ਕਿਸਾਨ ਵੀ ਆਪਣੇ ਡਿੜ ਅਰਾਧਿਆਂ ਦੇ ਉੱਪਰ ਜਿਹੜੇ ਉਹ ਬੈਠੇ ਨੇ ਸੋ ਉਧਰ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹਦੇ ਚ ਬੜਾ ਹੀ ਹਲਚਲ ਆ ਰਹੀ ਆ ਔਰ 40 ਸਾਲ ਪਹਿਲਾਂ ਕਹਿ ਲੋ 1978 ਦੇ ਵਿੱਚ ਵਾਧੂ ਅਧਿਕਾਰਾਂ ਦੀ ਜਿਹੜੀ ਗੱਲ ਸੀਗੀ ਨਨਪੁਰ ਸਾਹਿਬ ਦੇ ਮਤੇ ਦੀ ਜਿਹੜੀ ਗੱਲ ਸੀ 95 96 97 ਚ ਸਰਕਾਰ ਆਉਂਦਿਆਂ ਅਕਾਲੀ ਦਲ ਦੀ ਇਹ ਮੰਗਾਂ ਬਿਲਕੁਲ ਭੁੱਲ ਗਈਆਂ ਕਿਸੇ ਨੇ ਮੁੜ ਕੇ ਚੰਡੀਗੜ੍ਹ ਦਾ ਨਾਂ ਨਹੀਂ ਲਿਆ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਚੰਡੀਗੜ੍ਹ ਬਣਾਇਆ ਗਿਆ ਚੰਡੀਗੜ੍ਹ ਰਾਜਧਾਨੀ ਪੰਜਾਬ ਦੀ ਕਿਸੇ ਨੇ ਮੁੜ ਕੇ ਨਾਂ ਨਹੀਂ ਲਿਆ ਇਹਨਾਂ ਨੇ ਜਿਹੜੇ ਅਸੀਂ ਬਾਧੂ ਅਧਿਕਾਰਾਂ ਦੀ ਗੱਲ ਵੀ ਛੱਡ ਦਿੱਤੀ ਅੱਜ ਫੇਰ ਨੰਨਪੁਰ ਦੇ ਮਤੇ ਦੀ ਮੰਗ ਅਠਾਉਣ ਨੂੰ ਇਹ ਤਿਆਰ ਨੇ ਕਿਉਂਕਿ ਇਹਨਾਂ ਦੇ ਥੱਲੇ ਪੈਰਾ ਥੱਲੇੋਂ ਪੰਥ ਕਿਸਕ ਦਾ ਨਜ਼ਰ ਆ ਰਿਹਾ ਜਿਹੜੇ ਪੰਥ ਦੇ ਨਾਂ ਤੇ ਇਹ ਵੋਟਾਂ ਲੋਕ ਮੰਗਦੇ ਸਨ ਇਸ ਵੇਲੇ ਫੇਰ ਇਹਨਾਂ ਨੂੰ ਪੰਥ ਦੀ ਜੜੀ ਉਹ ਜਾਦ ਆਏਗੀ ਇਸ ਵੇਲੇ ਫੇਰ ਇਹਨਾਂ ਨੂੰ 84 ਜੜੀ ਉਹ ਜਾਦ ਆਏਗੀ ਇਸ ਵੇਲੇ ਫੇਰ ਇਹਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਗੱਲ ਜਿਹੜੀ ਆ ਉਹ ਜਾਦ ਆਏਗੀ ਪਰ ਇਹਨਾਂ ਲੋਕਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕਰਾਇਆ ਇਹਨਾਂ ਲੋਕਾਂ ਨੇ ਕਰੋੜਾਂ ਰੁਪਏ ਲੈ ਕੇ ਜਗ੍ਹਾ ਦਿੱਤੀਆਂ ਨਹਿਰਾਂ ਪਟਾਈਆਂ ਇਹਨਾਂ ਲੋਕਾਂ ਨੇ ਜਿਹੜੀ ਪੰਥਕ ਪਾਰਟੀ ਸੀ ਜਿਹੜੀ ਨਨਕਾਣਾ ਸਾਹਿਬ ਦੇ ਸਾਕੇਆਂ ਦੇ ਵਿੱਚੋਂ ਸ਼ਹੀਦੀਆਂ ਦੇ ਵਿੱਚੋਂ ਪੰਥਕ ਪਾਰਟੀ ਜਿਹੜੀ ਨਿਕਲੇ ਸੀ ਉਹਨੂੰ ਪੰਜਾਬੀ ਪਾਰਟੀ ਸੁਖਬੀਰ ਸਿੰਘ ਬਾਦਲ ਨੇ ਬਣਾ ਦਿੱਤਾ ਸੀਗਾ ਔਰ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਹਮੇਸ਼ਾ ਹੀ ਇਹ ਪਾਰਟੀ ਜਿਹੜੀ ਆ ਥੱਲੇ ਨੂੰ ਗਈ ਆ ਔਰ ਅੱਜ ਇਸ ਅਕਾਲੀ ਦਲ ਨੂੰ ਮਹਿਸੂਸ ਹੋ ਗਿਆ ਜਿਹੜਾ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ 'ਚ ਗਵਾਹੀ ਦੇ ਕੇ 2022 ਦੀ ਇਲیکشن ਵਾਸਤੇ ਐਲਾਨ ਕਰ ਰਹੇ ਨੇ ਵੀ ਮੁੱਖ ਮੰਤਰੀ ਉਹ ਹੋਣਗੇ ਪਰ ਇਹਦੇ ਸਮਾਂ ਦੱਸੇਗਾ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਕਿੱਧਰ ਨੂੰ ਜਾਂਦੇ ਨੇ ਜਿਨ੍ਹਾਂ ਨੇ ਉਹਨਾਂ ਦੀਆਂ نسلਾਂ ਨੂੰ ਵੇਚਣ ਦਾ ਯਤਨ ਕੀਤਾ ਜਿਨ੍ਹਾਂ ਨੇ ਉਹਨਾਂ ਦੀਆਂ ਪੀੜ੍ਹੀਆਂ ਨੂੰ ਵੇਚਣ ਦਾ ਯਤਨ ਕੀਤਾ ਜਿਨ੍ਹਾਂ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਵੇਚਣ ਦਾ ਯਤਨ ਕੀਤਾ ਇਹ ਜਿੰਨੇ ਰਾਜਨੀਤਿਕ ਕਾਂਗਰਸੀ ਜਾਂ ਅਕਾਲੀ ਨੇ ਇਹ ਉਹਨਾਂ ਅੰਬਾਨੀਆਂ ਅਡਾਨੀਆਂ ਦੇ ਨਾਲ ਇਹਨਾਂ ਸਮਝੌਤੇ ਕੀਤੇ ਨੇ ਫਿਰੋਜ਼ਪੁਰ ਬਾਪਿੰਡ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਪੰਥਕਦਲ ਨੇ ਅਡਾਨੀਆਂ ਦਾ ਸੈਲਰ ਘੇਰਿਆ ਹੋਇਆ ਉਸ ਸੈਲਰ ਦਾ ਅਦਗਾਟਣ ਇਹ ਬਾਦਲ ਪਰਿਵਾਰ ਕਰਦਾ ਨਾਲ ਬਿਗਰਮਜੀਤ ਸਿੰਘ ਮਜੀਠੀਆ ਜੀ ਜਾ ਕੇ ਕਰਦੇ ਨੇ ਔਰ ਇਥੋਂ ਤੱਕ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿੰਦਗੀ ਮੌਤ ਦਾ ਸੰਘਰਸ਼ ਜਿਹੜਾ ਚੱਲ ਰਿਹਾ ਤੇ ਮੌਜੂਦਾ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਬਾਨੀ ਕੋ ਜਾ ਕੇ ਬਿਜਲੀ ਖਰੀਦੇ ਪਏ ਨੇ ਬਿਜਲੀ ਦਾ ਸਮਝੌਤਾ ਕਰਦੇ ਪਏ ਨੇ ਦਿੱਲੀ ਦੇ ਜਿਹੜੇ ਸਰਕਾਰ ਆ ਉਹਨਾਂ ਨੇ ਬਿਜਲੀ ਜਿਹੜੀ ਆ ਇਹਨਾਂ ਅਬਾਨੀਆਂ ਅਦਾਨੀਆਂ ਕੋ ਉਹ ਲੈ ਰਹੇ ਨੇ ਕਹਿਣ ਦਾ ਮਤਲਬ ਇਹਨਾਂ ਰਾਜਨੀਤਿਕ ਲੋਕਾਂ ਦੇ ਅਥਰੂ ਇਹਨਾਂ ਦੀਆਂ ਗੱਲਾਂ ਮਗਰਮਸ਼ ਦੇ ਅਥਰੂਆਂ ਵਰਗੀਆਂ ਨੇ ਜਿਹੜਾ ਹਾਥੀ ਦੇ ਦੰਦਾਂ ਵਰਗੀਆਂ ਨੇ ਖਾਣ ਨੂੰ ਦੰਦ ਹੋਰ ਬਖਾਉਣ ਨੂੰ ਦੰਦ ਹੋਰ ਇਹ ਗੱਲ ਲੋਕਾਂ ਨੂੰ ਜਿਹੜੀ ਆ ਉਹ ਸਮਝਣੀ ਪਏਗੀ ਔਰ ਖਾਸ ਕਰਕੇ ਮੈਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਬੇਨਤੀ ਕਰਦਾ ਵਿਦੇਸ਼ਾਂ ਦਾ ਪੰਜਾਬੀ ਵਿਦੇਸ਼ਾਂ ਦਾ ਸਿੱਖੇ ਚਾਹੁੰਦਾ ਵੀ 2022 ਤੱਕ ਇਹ ਜੇ ਕਿਸੇ ਬੰਨੇ ਨਹੀਂ ਇਹ ਕੰਮ ਲੱਗਦਾ ਤੇ 2022 ਦੇ ਵਿੱਚ ਜਿਹੜੀ ਸਰਕਾਰ ਆ ਉਹ ਕਿਸਾਨਾਂ ਦੀ ਬਣੇ ਪੰਜਾਬ ਦੇ ਵਿੱਚ ਸ਼ੁਰੂਆਤ ਹੋਵੇ ਜਾਂ ਕਿਸੇ ਹੋਰ ਸਟੇਟ ਤੋਂ ਸ਼ੁਰੂਆਤ ਹੋਵੇ ਲੋਕ ਵਿਦੇਸ਼ਾਂ ਦਾ ਸਿੱਖੇ ਚਾਹੁੰਦਾ ਕਿਉਂਕਿ ਇਹਨਾਂ ਪਹਿਲਾਂ ਇੱਕ ਹੋਰ ਪਾਰਟੀ ਨੂੰ ਵੀ 2017 ਦੇ ਵਿੱਚ ਮੌਕਾ ਦੇ ਕੇ ਵੇਖਿਆ ਉਹ ਆਪਸ ਵਿੱਚ ਪਾੜ ਗਏ ਔਰ ਇੰਨਾ ਪੰਜਾਬੀਆਂ ਦੀ એનર્ਜੀ ਇੰਨਾ ਪੰਜਾਬੀਆਂ ਦਾ ਪੈਸਾ ਉਸ ਨਵੀਂ ਪਾਰਟੀ ਨੇ ਜਿਹੜਾ ਫੈਲ ਕੀਤਾ ਅੰਨਾ ਹਜ਼ਾਰੇ ਦਾ ਅੰਸ਼ ਹੁੰਦਾ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦਿੱਲੀ ਦਾ ਮੁੱਖ ਮੰਤਰੀ ਨਿਕਲਦਾ ਅੱਜ ਵੱਡੀ ਗਿੰਦੀ ਚ ਪੰਜਾਬ ਹਰਿਆਣਾ ਦਾ ਜਿਹੜਾ ਹੈ ਅੰਦੋਲਨ ਚੱਲ ਰਿਹਾ ਹੈ ਕੀ ਉਹਦੇ ਵਿੱਚੋਂ ਇੰਨੇ ਪੜ੍ਹੇ ਲਿਖੇ ਕਿਸਾਨ ਇਨ੍ਹਾਂ ਕਿਸਾਨਾਂ ਦੇ ਬੱਚੇ ਜੋਗ ਨਹੀਂ ਇਹਨਾਂ ਚੀਜ਼ਾਂ ਦੇ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਤੁਸੀਂ ਪਾਵਰ ਦਿੰਦੇ ਹੋ ਤੇ ਮੁੜ ਕੇ ਇਹਨਾਂ ਕੋਲੋਂ ਡਾਂਗਾਂ ਖਾਂਦੇ ਹੋ ਇਹਨਾਂ ਦੇ ਪ੍ਰਸ਼ਾਸਨ ਕੋਲੋਂ ਇਹਨਾਂ ਕੋਲੋਂ ਆਪਣੀਆਂ ਪੱਗਾਂ ਲਵਾਉਂਦੇ ਹੋ ਇਹਨਾਂ ਕੋਲੋਂ ਆਪਣੀਆਂ ਧੀਆਂ ਭਾਣਾ ਦੇ ਵਾਲ ਬਟਾਉਂਦੇ ਅਸੀਂ ਲੋਕ ਸਾਨੂੰ ਇਹ ਗੱਲ ਸੋਚਣੀ ਪਵੇਗੀ ਸਾਨੂੰ ਇਸ ਬੰਦੇ ਨੂੰ ਨਜ਼ਰ ਮਾਰਨੀ ਪੈਣੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ 31 ਕਿਸਾਨ ਜਥੇਬੰਦੀਆਂ ਨੇ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ 25-30 ਸਾਲਾਂ ਤੋਂ ਬੋਟਾਂ ਦਾ ਬਾਈਕਾਡ ਕਰਦੀਆਂ ਤੁਰੀਆਂ ਆ ਰਹੀਆਂ ਨੇ ਬੋਟਾਂ ਦਾ ਬਾਈਕਾਡ ਕਰ ਦਿੰਦੇ ਨੇ ਭਲੇ ਉਹ ਮਾਨਸੋ ਬੋਟਾਂ ਦਾ ਬਾਈਕਾਡ ਕਰਦੇ ਹੋ ਤੇ ਉਹ ਸਰਕਾਰਾਂ ਮੁੜ ਕੇ ਬਣ ਜਾਂਦੀਆਂ ਫਿਰ ਉਹਨਾਂ ਕੋਲੋਂ ਆਣ ਕੇ ਠੂਠੇ ਅੱਡ ਕੇ ਹੱਥ ਾਟ ਕੇ ਉਹਨਾਂ ਕੋਲੋਂ ਮੰਗਦੇ ਆਪਣੀ ਬੋਰਡ ਦਾ ਅਧਿਕਾਰ ਦਾ ਇਸਤੇਮਾਲ ਕਰੋ ਸਹੀ ਤਰੀਕੇ ਨਾਲ ਬੋਟ ਪਾਓ ਆਪਣੇ ਬੱਚਿਆਂ ਨੂੰ ਅੱਗੇ ਲਿਆਓ ਜਿਹੜੀਆਂ ਗੱਡੀਆਂ ਦੇ ਵਿੱਚ ਇਹ ਘੁੰਮਦੇ ਨੇ ਅੱਜ ਕਿਸਾਨ ਨੂੰ ਕੀ ਮਿਲ ਰਿਹਾ ਕਿਸਾਨ ਕਰਜ਼ਾਈ ਆ ਕਿਸਾਨ ਖਤਮ ਹੋ ਰਿਹਾ ਔਰ ਇਹ ਲੋਕ ਜਿੰਨੀ ਵਾਰੀ ਵੀ ਲੀਡਰ ਬਣਦੇ ਨੇ ਉਨੀਆਂ ਇਹਨਾਂ ਦੀਆਂ ਪੈਨਸ਼ਨਾਂ ਲੱਗ ਜਾਂਦੀਆਂ ਨੇ ਤੁਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਅੱਗੇ ਲਿਆਉਂਦੇ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਬੱਚੇ ਨੇ ਔਰ ਬੱਚੇ ਵਿਦੇਸ਼ਾਂ ਨੂੰ ਜਿਹੜੇ ਭੱਜ ਰਹੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਇਸ ਬੰਦੇ ਨੂੰ ਪਾਓ ਜੇ ਤੁਹਾਡੇ ਬੱਚੇ ਮੁੜ ਕੇ ਤੁਹਾਡੇ ਬਾਰੇ ਸੋਚਣ ਪੰਜਾਬ ਬਾਰੇ ਸੋਚਣ ਪੰਜਾਬੀਅਤ ਬਾਰੇ ਸੋਚਣ ਕਿਸਾਨੀ ਬਾਰੇ ਸੋਚਣ ਇਹਨਾਂ ਲੋਕਾਂ ਨੂੰ ਬਣਾ ਕੇ ਤੇ ਇਹਨਾਂ ਦੀਆਂ ਮੁੜ ਕੇ ਡਾਂਗਾ ਖਾਣੇ ਇਹਨਾਂ ਕੋ ਬਿਜਤੀ ਕਰਾਉਣੇ ਆਪਣੀਆਂ ਪੱਗਾਂ ਲਵਾਉਣੇ ਆ ਇਸ ਬੰਨੇ ਵੀ ਸਾਨੂੰ ਜਿਹੜੀ ਹੈ ਉਹ ਸੋਚਣ ਦੀ ਲੋੜ ਹੈ ਜਿਹੜਾ ਕਿਸਾਨ ਭਰਾਵਾਂ ਦਾ ਸੰਘਰਸ਼ ਆ ਉਹਦੇ ਵਿੱਚ ਅਸੀਂ ਵੱਧ ਝੜ ਕੇ ਵਿਦੇਸ਼ਾਂ ਦੇ ਸਿੱਖ ਜਿਹੜਾ ਉਹ ਸਾਥ ਦੇਾਂਗੇ ਇਹਨਾਂ ਦੀ ਆਵਾਜ਼ ਬਣ ਕੇ ਮਾਈਕ ਤੌਰ ਦੇ ਉੱਪਰ ਵੀ ਔਰ ਇਸ ਵੇਲੇ ਇੰਗਲੈਂਡ ਦੇ ਵਿੱਚ ਜਿਹੜਾ ਲਾਕਡਾਊਨ ਚੱਲਦਾ ਪਿਆ ਕੋਵਿਡ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿਸਾਨਾਂ ਦੇ ਹੱਕ 'ਚ ਬਾਜ ਠਾਉਣ ਵਾਸਤੇ ਕੋਈ ਵੱਖਰਾ ਪ੍ਰਦਰਸ਼ਨ ਦਾ ਤਰੀਕਾ ਜਿਹੜਾ ਲੱਭਾਂਗੇ ਕਿਉਂਕਿ ਇਸ ਵੇਲੇ 2-4 ਜਾਣੇ ਵੀ ਜਿਹੜੇ ਇਕੱਠੇ ਨਹੀਂ ਹੋ ਸਕਦੇ ਸਰਕਾਰ ਨੇ ਇੱਥੇ ਪਾਬੰਦੀ ਲਾਈ ਆ ਆਉਣ ਵਾਲੇ ਦਿਨਾਂ 'ਚ ਕੋਈ ਇਹੋ ਜਿਹਾ ਅਸੀਂ ਜਿਹੜੀ ਰੂਪਰੇਖਾ ਸੰਘਰਸ਼ ਦੀ ਅਲਿਕਾਂਗੇ ਜਿਹੜਾ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ ਕਿਸਾਨਾਂ ਦੇ ਹੱਕ ਵਿੱਚ ਖੜੋਣ ਦਾ ਸੋ ਇਸ ਕਰਕੇ ਆਪਾਂ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਬੇਨਤੀ ਆ ਜਿੰਨੀਆਂ ਵੀ ਕਿਸਾਨਾਂ ਦੇ ਹੱਕ ਦੀਆਂ ਤੁਹਾਡੇ ਕੋਲ ਪੋਸਟਾਂ ਆਉਂਦੀਆਂ ਆਪਣੇ ਘਰਾਂ 'ਚ ਠੰਡ ਦੇ ਵਿੱਚ ਰਜਾਈਆਂ 'ਚ ਬੈਠੇ ਜੇ ਤੇ ਵੇਖੋ ਉਧਰ ਸਾਡੇ ਕਿਸਾਨ ਭਰਾ ਬਜ਼ੁਰਗ ਮਤਾਵਾ ਜਿਹਦਾ ਮੀਂਹ ਪਿਆ ਕੱਲ ਇਹਨੇ ਨੇ ਮੀਂਹ ਦੇ ਵਿੱਚ ਭਿੱਜੇ ਲੋਕ ਉਥੇ ਰਹੇ ਇੰਨੀ ਠੰਡ ਦੇ ਵਿੱਚ ਇੰਨੀਆਂ ਮੁਸ਼ਕਲਾਂ ਉਥੇ ਆ ਰਹੀਆਂ ਨੇ ਤੁਹਾਨੂੰ ਸਰੀਰਕ ਕਿਰਿਆਵਾਂ ਦੇ ਵਿੱਚ ਵੀ ਜਿਹੜਾ ਜਿਵੇਂ ਬਾਥਰੂਮ ਦਾ ਇਸ਼ਨਾਨ ਪਾਣੀ ਦਾ ਕਰਨਾ ਇੰਨੀ ਠੰਡ ਦੇ ਵਿੱਚ ਸਾਰਾ ਕੁਝ ਪਰ ਉਹ ਡਟੇ ਹੋਏ ਨੇ ਘਰਾਂ ਦੇ ਵਿੱਚ ਬਹਿ ਕੇ ਜਿਹੜੀ ਵੀ ਕਿਸਾਨਾਂ ਦੀ ਤੁਹਾਡੇ ਕੋਲ ਪੋਸਟ ਪਹੁੰਚਦੀ ਆ ਜਿਹੜੀ ਵੀ ਕਿਸਾਨਾਂ ਦੇ ਹੱਕ ਦੀ ਅਪਡੇਟ ਤੁਹਾਡੇ ਕੋਲ ਆਉਂਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਜੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜਿੱਥੋਂ ਚੰਗੀਆਂ ਖਬਰਾਂ ਆਉਂਦੀਆਂ ਉਹਨੂੰ ਲਾਈਕ ਤੇ ਫੋਲੋ ਕਰੋ ਉਹ ਪੇਚਾਂ ਨੂੰ ਉਸ ਮੀਡੀਆ ਨੂੰ ਤੇ ਜਿਹੜੇ ਬੰਦੇ ਗਲਤ ਖਬਰਾਂ ਪਾ ਕੇ ਕਿਸਾਨ ਸੰਘਰਸ਼ ਵਿੱਚ 파ਟਕ ਪਾਉਣਾ ਚਾਹੁੰਦੇ ਨੇ ਜਾਂ ਇਹਨੂੰ ਹੋਰ ਰੰਗਤ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਇਗਨੋਰ ਕਰੋ ਲੜਨ ਦੀ ਬਜਾਏ ਜਾਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲਾਂ ਕੱਢਣ ਘਟੀਆਂ ਕਮੈਂਟ ਕਰਨ ਦੀ ਬਜਾਏ ਇਗਨੋਰ ਕਰ ਦਿਓ ਚੰਗੀਆਂ ਪੋਸਟਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰੋ ਤਾਂ ਕਿ ਇਹ ਸਾਡੀ ਆਵਾਜ਼ ਸਰਕਾਰ ਤੱਕ ਔਰ ਕਿਸਾਨ ਭਰਾਵਾਂ ਦੇ ਤੱਕ ਜਿਹੜੀ ਆ ਉਹ ਪਹੁੰਚ ਸਕੇ ਆਉਣ ਵਾਲੇ ਦਿਨਾਂ 'ਚ ਫੇਰ ਅਸੀਂ ਕਿਸੇ ਨਾ ਕਿਸੇ ਨਵੀਂ ਅਪਡੇਟ ਦੇ ਨਾਲ ਜਿਹੜਾ ਹੈ ਉਹ ਤੁਹਾਡੇ ਚਰਨਾਂ 'ਚ ਭਾਈ ਕਪਤਾਨ ਸਿੰਘ ਜਿਹੜਾ ਹੈ ਜੁਕੇ ਉਹ ਤੁਹਾਡੇ ਚਰਨਾਂ 'ਚ ਹਾਜ਼ਰ ਹੋਏਗਾ ਔਰ ਉਹਨਾਂ ਚਿਰ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ 8 ਤਰੀਕ ਦੀ ਜਿਹੜੀ ਮੀਟਿੰਗ ਹੈ 8 ਜਨਵਰੀ ਦੀ ਇਹਦੇ ਵਿੱਚ ਵੇਖਾਂਗੇ ਵੀ ਕੀ ਜਿਹੜਾ ਬਣਦਾ ਜਾਂ ਸਰਕਾਰ ਦੀ ਮਨਸ਼ਾ ਕੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਅਸੀਂ 31 ਕਿਸਾਨ ਜਥੇਬੰਦੀਆਂ 30 ਕਿਸਾਨ ਜਥੇਬੰਦੀਆਂ ਜਿਹੜਾ ਸੰਘਰਸ਼ ਕਰ ਰਹੇ ਆ ਪੂਰਨ ਤੌਰ ਤੇ ਉਹਨਾਂ ਨੂੰ ਸਮਰਥਨ ਦਿੰਦੇ ਆ ਉਹਨਾਂ ਦੇ ਅਸੀਂ ਨਾਲ ਖੜੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਸੰਘਰਸ਼ ਜਿਹੜਾ ਉਹ ਚਲਾ ਰਹੇ ਨੇ ਇਸ ਵੇਲੇ ਜਿਹੜਾ ਸੰਘਰਸ਼ ਹੈ ਉਹ ਕਿਸੇ ਧਰਮ ਦਾ ਨਹੀਂ ਰਹਿ ਗਿਆ ਇਸ ਵੇਲੇ ਪੂਰੇ ਭਾਰਤ ਦਾ ਸੰਘਰਸ਼ ਬਣਿਆ ਪਿਆ ਸਾਰੇ ਲੋਕਾਂ ਦਾ ਸਾਂਝਾ ਸੰਘਰਸ਼ ਬਣਿਆ ਪਿਆ ਇਸ ਕਰਕੇ ਜਿਵੇਂ ਸਭੇ ਸਾਂਝੀ ਵਾਲਿ ਸਦੈਨ ਕੋਈ ਨਾ ਦੱਸੇ ਬਾਹਰ ਜਿਓ ਸਾਰੇ ਰਲ ਮਿਲ ਕੇ ਜਿਵੇਂ ਸਾਂਝਾ ਸੰਘਰਸ਼ ਚੱਲਦਾ ਪਿਆ ਇਹਨੂੰ ਸਪੋਰਟ ਕਰੀਏ ਆਪਸੀ ਗਲੇਸ਼ਿਕ ਵਿੱਚ ਜਿਹੜੇ ਨਰੰਜਸ਼ਾਂ ਨਾ ਕੱਡੀਆਂ ਜਾਣ ਧੜੇ ਬੰਦੀਆਂ ਨਾ ਬਣਾਈਆਂ ਜਾਣ ਇੱਕ ਦੂਜੇ ਦੇ ਉੱਤੇ ਨੌਜਵਾਨ ਜਾਂ ਬਜ਼ੁਰਗ ਇੱਕ ਦੂਜੇ ਦੇ ਉੱਤੇ ਟਾਰਗੇਟ ਜਿਹੜਾ ਉਹ ਨਾ ਕੀਤਾ ਜਾਵੇ ਨੌਜਵਾਨ ਵੀ ਸੰਜਮ ਕੋ ਕੰਮ ਲੈਣ ਔਰ ਬਜ਼ੁਰਗ ਵੀ ਨੌਜਵਾਨਾਂ ਨੂੰ ਆਪਣੇ ਗਲਵੇ ਦੇ ਵਿੱਚ ਲੈ ਕੇ ਰੱਖਣ ਜਜ਼ਬਾਤੀ ਹੋਣ ਦੀ ਲੋੜ ਨਹੀਂ ਕਿਉਂਕਿ ਕਈ ਵਾਰੀ ਜਜ਼ਬਾਤੀ ਹੋ ਕੇ ਕੁਛ ਇਦਾਂ ਦਾ ਬੋਲਿਆ ਜਾਂਦਾ ਜਿਹੜਾ ਉਹ ਸਰਕਾਰਾਂ ਉਸ ਨੂੰ ਮੁੜ ਕੇ ਗਲਤ ਤਰੀਕੇ ਦੇ ਨਾਲ ਜਾਂ ਖਰੀਦਿਆ ਹੋਇਆ ਮੀਡੀਆ ਗਲਤ ਤਰੀਕੇ ਦੇ ਨਾਲ ਉਸ ਨੂੰ ਵਰਤਦਾ ਹੈ ਸੋ ਇੰਨੀਆਂ ਬੇਨਤੀਆਂ ਪਰਮਾਨ ਕਰਨੀਆਂ ਜੀ ਜੇ ਕੁਛ ਵੱਧ ਘੱਟ ਬੋਲ ਗਏ ਹੋਏ ਖਿਮਾ ਦੇ ਜਾਚ ਕਿਆਂ ਜੇ ਚੰਗੇ ਵਿਚਾਰ ਲੱਗੇ ਹੋਣ ਕਿਸਾਨਾਂ ਦੇ ਹੱਕ ਦੇ ਵਿੱਚ ਵਿਚਾਰ ਸਾਡੇ ਜੇ ਤੁਹਾਨੂੰ ਲੱਗੇ ਹੋਣ ਕਿਸਾਨਾਂ ਦੀ ਸਪੋਰਟ ਦੇ ਵਿੱਚ ਸਾਡੀ ਇਹ ਪੋਸਟ ਹੋਵੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਯਤਨ ਕਰਨਾ ਭਾਈ ਕਪਤਾਨ ਸਿੰਘ ਜੁਕੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਜੀ ਇਸੇ ਤਰ੍ਹਾਂ ਫਿਰ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਆਪ ਜੀ ਦੀ ਕਚਹਿਰੀ ਚ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਰਾਵਾਂਗੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਜਿਹੜਾ ਉਹ ਸਾਥ ਦੇਾਂਗੇ ਜੋ ਵੀ ਹੋ ਸਕੇ ਜਿੰਨਾ ਵੀ ਲੰਮਾ ਸੰਘਰਸ਼ ਚੱਲਿਆ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਕਿਸਾਨ ਜਥੇਬੰਦੀਆਂ ਦਾ ਸਾਥ ਜਿਹੜਾ ਉਹ ਦਿੰਦੇ ਰਵਾਂਗੇ ਸੋ ਜਿੰਨੇ ਸੱਜਣ ਲਾਈਵ ਵੇਖ ਰਹੇ ਸਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸ਼ੇਅਰ ਕੀਤਾ ਕਮੈਂਟ ਕੀਤੇ ਉਹਨਾਂ ਦਾ ਧੰਨਵਾਦ ਜਾਂ ਜਿੰਦੋਂ ਤੱਕ ਵੀ ਤੁਸੀਂ ਇਹ ਪੋਸਟ ਵੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਆਪਣੀ ਅਸੀਸ ਦਿੰਦੇ ਰਹਿਣਾ ਅਰਦਾਸ ਕਰਨਾ ਸਤਿਗੁਰੂ ਕਿਰਪਾ ਕਰੇ ਇਹ ਜੀਵਨ ਜਿਹੜਾ ਹੈ ਪੰਥ ਦੇ ਸਮਾਜ ਦੇ ਇਹਨਾਂ ਸੁਆਵਾਂ ਦੇ ਵਿੱਚ ਸਾਡਾ ਜਿਹੜਾ ਜੀਵਨ ਹੈ ਸੇਵਾ ਦੇ ਵਿੱਚ ਲੇਖੇ ਲੱਗ ਸਕੇ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ